हाँ जी गाइस, सारे राम राम, सत श्री अकाल। मैं मानशु खन्ना, दीपू निक्की भाजी नहीं, अज चले आप शहीद भगत सिंह जी के पिंड खटखट कला। चलो मिलते आप उत्थे आ गए। ये अपनी नहर इतों दो तीन नहर निकल दी, एक आ जाती है, एक आ जाती है, एक इधरों आती है, ये मेर एक आ जाती है। इत काफी लोग आ रहे हैं क्योंकि अज शाम का वेला आ, संडे भी आ, इस करके सारे आए हैं संडे करके। कल बनी भगत सिंह जी के घर पहुँच चुके हैं जिते कि उन्होंने बचपन बीतया है। सानू भी माण है, असं भी इस जिले के हाँ। इस घर के सारिया यादा मतलब समोई हुई हैं। अंदर उन्होंने बर्तन वगैरह भी पाए हुए हैं, कैप भी पई हुई है जो कि हम बंद वा, तो होर बहुत कुछ देखने वा।
ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ ਦੇਖਣ ਨੂੰ ਮਿਲੂਗਾ ਫਿਰ ਕਦੇ ਆਵਾਂਗੇ ਫਿਰ ਕਦੇ ਆਵਾਂਗੇ ਤਾਂ ਜਦੋਂ ਖੁੱਲਾ ਹੋਊਗਾ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਅੰਦਰੋਂ ਐਨ ਵਧੀਆ ਚੀਜ਼ਾਂ ਮਿਊਜ਼ੀਅਮ 'ਚ ਲੋਅ ਨਹੀਂ ਕਰਦੇ ਆ ਅਤੇ ਇੱਥੇ ਲੋਅ ਕਰਦੇ ਆ ਕਿਉਂਕਿ ਬਾਹਰ ਇਹਨਾਂ ਨੇ ਸ਼ੀਸ਼ੇ ਵਗੈਰਾ ਲਾਏ ਹੋਏ ਆ ਅੰਦਰ ਕੋਈ ਜਾ ਨਹੀਂ ਸਕਦਾ ਗੇਟ ਵਗੈਰਾ ਲੱਗੇ ਹੋਏ ਆ ਭਗਤ ਸਿੰਘ ਜੀ ਨੇ ਆਜ਼ਾਦੀ ਦਿਵਾਉਣ ਲਈ ਬਹੁਤ ਕੁਛ ਕੀਤਾ ਸਾਡੇ ਇੰਡੀਆ ਲਈ ਜੇ ਭਗਤ ਸਿੰਘ ਜੀ ਨਾ ਹੁੰਦੇ ਤਾਂ ਆਪਾਂ ਇੱਦਾਂ ਆਜ਼ਾਦ ਨਾ ਘੁੰਮਦੇ ਸਾਰਿਆਂ ਨੂੰ ਇਹੀ ਕਹਾਂਗੇ ਕਿ ਤੁਸੀਂ ਵੀ ਆ ਕੇ ਇੱਕ ਵਾਰੀ ਤੁਸੀਂ ਵੀ ਭਗਤ ਸਿੰਘ ਜੀ ਦੇ ਪਿੰਡ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਦੇਖੋ ਆਪਣੇ ਮਹਾਨ ਸੂਰਮੇ ਬਾਰੇ ਸਾਰਾ ਕੁਝ ਜਾਣੋ ਕਿ ਇਹਨਾਂ ਨੇ ਆਪਣੇ ਦੇਸ਼ ਲਈ ਕਿਆ ਕਿਆ ਕੀਤਾ ਆ ਇੱਕ ਵਾਰੀ ਆਉਣਾ ਜ਼ਰੂਰ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਨੀਚੇ ਪਾਰਕ ਵੀ ਬਣੀ ਹੋਈ ਹੈ ਬਹੁਤ ਸੋਹਣਾ ਪਿੰਡ ਬਣਾਇਆ ਹੋਇਆ ਪਿੰਡ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਪਾਰਕ 'ਚ ਚੱਲੇ ਆ ਇੱਥੇ ਬਹੁਤ ਵਧੀਆ ਲੋਕੇਸ਼ਨ ਇਹਨਾਂ ਨੇ ਬਣਾਈ ਹੋਈ ਆ ਫੋਟੋ ਖਿੱਚਣ ਨੂੰ ਵੀ ਵੀਡੀਓ ਵਗੈਰਾ ਬਣਾਉਣ ਰੀਲਾਂ ਬਣਾਈਏ ਫੋਟੋਆਂ ਵਾਲੇ ਖਿੱਚਣ ਲੱਗੇ ਉਹ ਲੱਗੇ ਹੋਏ ਵੀ ਸ਼ੂਟ ਸ਼ਾਟ ਆਜੋ ਆਜੋ ਆ ਗਏ ਸ਼ੁਕਰ ਆ ਤੁਸੀਂ ਵੀ ਆਏ ਬਹੁਤ ਟਾਈਮ ਲਾਤਾ ਮਿੱਕੀ ਭਾਈ ਨੇ ਅਸੀਂ ਉਧਰ ਹਲੇ ਫਰਾਰੀ ਕੱਢਣੀ ਪਾਰਕ ਲੱਗੀ ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ ਮਤਲਬ ਕੁਝ ਖਾਣਾ ਕੀ ਦੱਸੋ ਜਲਦੀ ਵਾਈਟ ਹਾਊਸ ਪਾਸਤਾ ਦੋ ਹੋਰ ਇਹ ਸ਼ਾਇਦ ਕੋਈ ਪੀਜ਼ਾ ਵੀ ਆਪਾਂ ਆਰਡਰ ਕਰ ਦਈਏ ਵਿੱਚ ਭੁੱਖ ਮਾਣੀ ਬਹੁਤ ਪਾਗਲ ਹੋਇਆ ਪਿਆ ਭੁੱਖ ਨਾਲ ਪਾੜ ਦੋ ਬਾਈ ਹੁਣ ਕੁਛ ਮਿਲਦੇ ਅਗਲੇ ਬਲੌਗ 'ਚ।